ਜੀ ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਹੈ? ਉਮੀਦ ਕਰਨਾ ਸਭ ਦੋਸਤ ਖੈਰੀਅਤ ਨਾਲ ਹੋਣਗੇ। ਅੱਲਾਹ ਪਾਕ ਦੇ ਕਰਮ ਅਤੇ ਫਜ਼ਲ ਦੇ ਨਾਲ ਅੱਜ ਜਿਹੜੀ ਗੱਲ ਕਰਨੇ ਆ, ਅੱਜ ਹੀ ਨਵੇਂ ਮੋਬਾਈਲ ਦੇ ਉੱਤੇ ਵੀਡੀਓ ਬਣਾ ਰਹੇ ਹਾਂ ਅਤੇ ਕੈਮਰੇ ਦਾ ਟੈਸਟ ਵੀ ਤਾਂ ਕਰਕੇ ਵਿਖਾਉਂਦੇ ਹਾਂ ਕਿ ਰਿਜ਼ਲਟ ਆਉਂਦਾ ਕੈਮਰੇ ਦਾ। ਉਹ ਇੱਕ ਸਾਹਮਣੇ ਪਹਾੜੀ ਹੈ, ਫੋਟੋ ਤਾਂ ਵੇਚਦੇ ਉਹਨੇ, ਉੱਤੇ ਕੋਈ ਪਰਿੰਦਾ ਬੈਠਾ ਸੀ ਉਹ ਵੀ ਕਲੀਅਰ ਕਰਕੇ ਵਿਖਾ ਰਹੇ ਆ। ਠੀਕ ਹੈ, ਬਾਕੀ ਮਸ਼ੀਨ ਪਿੱਛੇ ਲੱਗੀ ਹੈ, ਕੰਸਟਰਕਸ਼ਨ ਦਾ ਕੰਮ ਹੋ ਰਿਹਾ ਨਾਲ ਹੀ ਨਾ, ਬਣਦੀਆਂ ਪਈਆਂ ਨੇ ਰੈਸ਼ਿੰਗ ਕਲੋਨੀ ਬਣਾਉਂਦੀ ਹੈ ਬਈ, ਰੈਸ਼ਿੰਗ ਕਲੋਨੀ ਉੱਥੇ ਉਹਦੀ ਵਾਸਤੇ ਕੋਈ ਆਵਾਜ਼ ਆ ਰਹੀ। ਤੁਹਾਨੂੰ ਇੱਥੋਂ ਹੁਣ ਨਾ ਚੈੱਕ ਕਰਵਾਉਂਦੇ ਹਾਂ ਕੈਮਰਾ ਰਿਜ਼ਲਟ। ਮਿਸਾਲ ਦੇ ਤੌਰ 'ਤੇ ਨਾ ਉਹ ਇੱਕ ਪਹਾੜੀ ਦਾ ਕਮਰਾ ਜਿਹਾ, ਉਹ ਵੇਖਣ ਦੀ ਕੋਸ਼ਿਸ਼ ਕਰਨੇ ਆ। ਲੈ ਜਾਂਦੇ ਚੈੱਕ ਕਰੋ ਜੀ, ਇਹ ਕਮਰਾ ਠੀਕ ਹੈ। ਵੈਸੇ ਵੇਖੋ, ਵੈਸੇ ਨਹੀਂ ਨਜ਼ਰ ਆਉਂਦਾ ਹੈ ਕਾਰਨ ਇਹ ਜੇ ਜੀ, ਵੈਸੇ ਪਤਾ ਵੀ ਨਹੀਂ ਲੱਗਦਾ ਪਿਆ। ਜ਼ੂਮੀ ਵੀ ਜਾ ਕੇ ਨੇ ਬਿਲਕੁਲ ਕਲੀਅਰ ਕਰਕੇ ਵਿਖਾ ਦਿੱਤਾ। ਇਹ ਚੈੱਕ ਕਰਿਓ ਜੀ, ਇਹ ਵਾਲਾ ਕਮਰਾ ਜਿਹੜਾ ਟਵੰਟੀ ਐਕਸ ਜੀ ਫੋਟੋ ਹੋਈ, 100 ਐਕਸ ਉਹ ਤਾਂ ਬਿਲਕੁਲ ਫਿਰ ਨਾਲ ਲੈ ਆਉਣਾ। ਇਹ ਜੀ ਹੈਲੀਕਾਪਟਰ ਜਾ ਰਿਹਾ, ਇਹ ਚੈੱਕ ਕਰਿਆ, ਬਿਲਕੁਲ ਪਤਾ ਵੀ ਨਹੀਂ ਆ ਕਿੱਥੇ ਕੋਲ ਜ਼ੂਮਿੰਗ। ਧੰਨਵਾਦ ਤੁਹਾਨੂੰ ਕਰਨੇ ਆ। ਇਹ ਜੀ ਚੈੱਕ ਕਰੋ ਕਿੱਧਰ ਹੋਤਾ ਹੋਈ ਹੈ,